ਹਲਕਾ ਵੈਸਟ ਦੇ ਲੋਕਾਂ ਨੇ ਖਿੱਚੀ ਤਿਆਰੀ ਕਹਿੰਦੇ ਸੁਸ਼ੀਲ ਰਿੰਕੂ ਨੂੰ ਦਵਾਂਗੇ ਫਿਰ ਮੌਕਾ ਇੱਕ ਵਾਰੀ ਕਹਿੰਦੇ ਸਕੂਲ ਬਣਾਏ ਸੜਕਾਂ ਬਣਾਈਆਂ ਕਾਲਜ ਬਣਾਇਆ ਪੰਜ ਸਾਲ ਸਾਡੇ ਆਲੇ ਦੁਆਲੇ ਰਿਹਾ ਤੇ ਹੁਣ ਅਸੀਂ ਕਿਉਂ ਜਾਈਏ ਕਿਸੇ ਹੋਰ ਦੇ ਦੁਆਰੇ ਜੋ ਮੰਤਰੀਆਂ ਨੇ ਨਹੀਂ ਕੀਤਾ ਉਹ ਐਮਐਲਏ ਬਣ ਸੁਸ਼ੀਲ ਰਿੰਕੂ ਨੇ ਕਰ ਦਿਖਾਇਆ ਬਜ਼ੁਰਗਾਂ ਤੋਂ ਲੈ ਕੇ ਬੱਚੇ ਬੱਚੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ ਸੁਸ਼ੀਲ ਰਿੰਕੂ ਕਹਿੰਦੇ ਇਸ ਵਾਰ ਸੁਸ਼ੀਲ ਰਿੰਕੂ ਨੂੰ ਦਵਾਂਗੇ ਦੁਬਾਰਾ ਮੌਕਾ ਕਾਲਜ ਬਣਾਏ ਸਕੂਲ ਬਣਾਇਆ ਹੋਰ ਸੜਕਾਂ ਬਣਾਈਆਂ ਨੇ ਹਰ ਕੰਮ ਜੇ ਬੱਚਾ ਨਿੱਕਾ ਨਿੱਕਾ ਵੀ ਉਹਦੇ ਕੋਲ ਪਹੁੰਚ ਜਾਵੇ ਹਰ ਉਸੇ ਵਕਤ ਮਤਲਬ ਪਹੁੰਚ ਜਾਂਦਾ ਉਹ ਸਾਡੇ ਸਾਰੇ ਕੰਮ ਕਰਦੇ ਆ ਸੜਕਾਂ ਬਣਾਉਂਦੇ ਆ ਉਹ ਸਾਡੀ ਹੈਲਪ ਵੀ ਕਰਦੇ ਆ ਕੋਈ ਆਪਾਂ ਉਹਨਾਂ ਕੋਲ ਰਿਕੁਐਸਟ ਲੈ ਕੇ ਜਾਈਏ ਸਾਡੀ ਸੁਣਦੇ ਆ ਬਾਈ ਜੀ ਇਸ ਵਾਰ ਵੋਟ ਸਿਰਫ ਤਾਂ ਸਿਰਫ ਸਾਡੇ ਹਲਕੇ ਦੇ ਵਿਧਾਇਕ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਜੋ ਪਿਛਲੇ 2017 ਦੇ ਵਿੱਚ ਜਦੋਂ ਕਾਂਗਰਸ ਦੇ ਵਿਧਾਇਕ ਬਣੇ ਸੀ ਔਰ ਉਹਨਾਂ ਨੇ ਵੋਟਾਂ ਦੇ ਦੌਰਾਨ ਜੋ ਵਾਅਦੇ ਕੀਤੇ ਸੀ ਉਸ ਤੋਂ ਉੱਪਰ ਉੱਠ ਕੇ ਉਹਨਾਂ ਨੇ ਕੰਮ ਕੀਤੇ ਕੋਈ ਗਲੀ ਮੱਲਾ ਐਸਾ ਨਹੀਂ ਜਿਹਦਾ ਕੱਚਾ ਛੱਡਿਆ ਸਭ ਪੱਕੇ ਬਣਾਏ ਉਹਨਾਂ ਨੇ ਤੇ ਬਹੁਤ ਵਧੀਆ ਉਹਨਾਂ ਨੇ ਕੋਈ ਸੜਕ ਨਹੀਂ ਛੱਡੀ ਤੋਂ ਵੱਡਾ ਡਾਕਟਰ ਬੀ ਆਰ ਅੰਬੇਦਕਰ ਕਾਲਜ ਬਣਾਇਆ ਜੀ ਬੂਟਾ ਮੰਡੀ ਦੇ ਵਿੱਚ ਦੂਜਾ ਹੈਗਾ ਆਪਣਾ ਸਕੂਲ ਤਿਆਰ ਹੋ ਰਿਹਾ ਕਟਰਾ ਮੱਲਾ ਦੇ ਵਿੱਚ ਹੋਰ ਦੇਖੋ ਵਾਟਰ ਸੀਵਰੇਜ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਉਹ ਕਿੰਨਾ ਵਧੀਆ ਚੱਲ ਰਿਹਾ ਇਸ ਕਰਕੇ ਰਿੰਕੂ ਜੀ ਨੂੰ ਵੋਟ ਪਾਉਣਾ ਚਾਹੀਦਾ ਬਸਤੀ ਡੁੱਬਦੀ ਸੀ ਉਹਦਾ ਸਾਡੇ ਤਾਂ ਰਿਸ਼ਤੇਦਾਰ ਵੀ ਆਉਣ ਤੋਂ ਕਤਰਾਉਂਦੇ ਸੀਗੇ ਵੀ ਤੁਹਾਡੀ ਬਸਤੀ ਪਾਣੀ ਹੋਊਗਾ ਇਹ ਐਮਐਲਏ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਕੰਮ ਕੀਤੇ ਜਿਹੜੇ ਕਿ ਇੱਕ ਮੰਤਰੀ ਵੀ ਨਹੀਂ ਕੰਮ ਕਰਾ ਸਕਿਆ ਉਹ ਕੰਮ ਕੀਤੇ ਆ ਜਿੰਨਾ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਵਿਕਾਸ ਕੀਤਾ ਇਹੋ ਜਿਹਾ ਹੋਣਹਾਰ ਅਣਥੱਕ ਵਰਕਰ ਜਿਹੜਾ ਕਾਂਗਰਸ ਨੂੰ ਮਿਲਿਆ ਇਹਦਾ ਕੋਈ ਮੁਕਾਬਲਾ ਨਹੀਂ ਗਾ ਜਿੰਨੇ ਕੰਮ ਆਪਾਂ ਗਿਣ ਲਈਏ ਉਹ ਘੱਟ ਨੇ ਕਾਲਜ ਜਿਹੜਾ ਅੰਬੇਦਕਰ ਕਾਲਜ ਬਣਵਾਇਆ ਜਿਹੜੀ ਕਿ 25 ਸਾਲ ਤੋਂ ਮੰਗ ਸੀ ਕਿਸੇ ਵੀ ਪਾਰਟੀ ਨੇ ਉਹਨੂੰ ਪੂਰਾ ਨਹੀਂ ਕੀਤਾ ਜਿਹੜਾ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਜਿਸ ਤਰ੍ਹਾਂ ਵੀ ਆਪਣੇ ਹੀਲਿਆਂ ਵਸੀਲਿਆਂ ਨਾਲ ਕੀਤਾ ਉਹਨੂੰ ਪੂਰਾ ਚੜ੍ਹਾਇਆ ਅਤੇ ਉਹ ਕਾਲਜ ਵਿੱਚ ਕਲਾਸਾਂ ਲੱਗ ਰਹੀਆਂ ਨੇ ਅੱਗੇ ਨਾਲੋਂ ਹੁਣ ਤਾਂ ਕਰਾ ਰਹੇ ਆ ਜੀ ਅੱਗੇ ਤਾਂ ਨਹੀਂ ਹੋਏ ਹੁਣ ਹੋ ਰਹੇ ਆ ਪਰ ਹੁਣ ਵੋਟ ਸਾਰਾ ਰਿੰਕੂ ਹੀ ਕਹਿੰਦੇ ਪੈਣੀ ਇਸ ਵਾਰ ਵੋਟ ਕਿਹਨੂੰ ਪਾਉਣਾ ਚਾਹੋਗੇ ਜੀ ਰਿੰਕੂ ਨੂੰ ਹੀ ਪਾਉਣਾ ਵੋਟ ਮੈਂ ਕਹਿੰਦਾ ਜੀ ਇਹਨਾਂ ਨੇ ਸਾਡੇ ਵਾਲਿਆਂ ਦੇ ਵਿੱਚ ਇੱਕ ਸਾਨੂੰ ਇਹਨੇ ਚੈੱਕ ਦਿੱਤਾ ਸੀ ਰਿੰਕੂ ਨੇ ਨਾਲ ਇਹਨੇ ਇੱਕ ਪੈਸੇ ਵੀ ਦਵਾਏ ਸੀ ਸਾਨੂੰ ਹੋਰ ਸਾਨੂੰ ਕਿਸੇ ਨੇ ਨਹੀਂ ਦਿੱਤਾ ਸੰਤਾਨ ਪ੍ਰਾਪਤੀ ਕਾਰੋਬਾਰ ਵਿੱਚ ਘਾਟਾ ਵਿਦੇਸ਼ ਯਾਤਰਾ ਵਿੱਚ ਦੇਰੀ ਪਤੀ ਪਤਨੀ ਵਿੱਚ ਕਲੇਸ਼ ਪੜ੍ਹਾਈ ਵਿੱਚ ਮਨ ਨਾ ਲੱਗਣਾ ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ ਇੱਕ ਵਾਰ ਫੋਨ ਜ਼ਰੂਰ ਕਰੋ ਤੁਹਾਡਾ ਇੱਕ ਫੋਨ ਬਦਲ ਸਕਦਾ ਤੁਹਾਡੀ ਜ਼ਿੰਦਗੀ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ ਹੁਣ ਸੁਪਨੇ ਦੇਖਣਾ ਛੱਡੋ ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ ਫੋਨ ਨੰਬਰ 9876800768